ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ। ਇਹ ਜੋ ਬੇਨਤੀਆਂ ਨੇ, ਅਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਅਤੇ ਕੰਗਣਾ ਰਣੌਤ ਨੂੰ ਇੱਕ ਸਿੱਧੇ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਤੂੰ ਦਰਬਾਰ ਸਾਹਿਬ ਨਾਲ ਪੰਗੇ ਲੈਂਦੀ ਹੈ, ਤੇਰਾ ਵੀ ਹਾਲ ਇੰਦਰਾ ਗਾਂਧੀ ਵਾਲਾ ਕਰਾਂਗੇ। ਜੋ ਹਾਲ 1984 ਦੇ ਵਿੱਚ ਇੰਦਰਾ ਗਾਂਧੀ ਦਾ ਹੋਇਆ ਅਤੇ ਉਹੀ ਹਾਲ ਹੁਣ ਕੰਗਣਾ ਰਣੌਤ ਦਾ ਹੋਣਾ। ਤੁਸੀਂ ਸਾਰਿਆਂ ਨੇ ਖਬਰ ਦੇਖੀ ਹੋਣੀ ਹੈ ਕਿ ਕੰਗਣਾ ਰਣੌਤ ਨੇ ਇੰਦਰਾ ਗਾਂਧੀ ਦੇ ਉੱਪਰ ਇੱਕ ਫਿਲਮ ਬਣਾਈ ਹੈ। ਫਿਲਮ ਤਾਂ ਹਾਲਾਂਕਿ ਫੇਲ ਹੀ ਗਈ ਹੈ, ਪਰ ਫਿਰ ਵੀ ਇਹ ਮੱਥਾ ਲਾਉਣੋਂ ਨਹੀਂ ਹਟਦੀ। ਇਹ ਆਪਣੇ ਆਪ ਨੂੰ ਬਹੁਤ ਵੱਡੀ ਦੇਸ਼ ਭਗਤ ਦੱਸਦੀ ਹੈ ਅਤੇ ਪੰਜਾਬ ਵਾਲਿਆਂ ਨੂੰ ਦੱਸਦੀ ਹੈ ਇਹ ਅੱਤਵਾਦੀ। ਅਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਬੈਠੇ ਇੱਕ ਬਿਆਨ ਦਿੱਤਾ ਹੈ ਅਤੇ ਸਿੱਧੇ ਤੌਰ 'ਤੇ ਕੰਗਣਾ ਰਣੌਤ ਨੂੰ ਚੇਤਾਵਨੀ ਦਿੱਤੀ ਹੈ। ਉਹ ਸਾਰੇ ਬਿਆਨ ਤੋਂ ਹੀ ਤੁਹਾਨੂੰ ਜਾਣੂ ਕਰਵਾਵਾਂਗੇ। ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਸ ਨੂੰ ਕੋਈ ਨਹੀਂ ਜਾਣਦਾ ਹੁੰਦਾ ਨਾ, ਉਹ ਸਿੱਖਾਂ ਦੇ ਖਿਲਾਫ਼ ਭੜਕਾਊ ਬਿਆਨ ਦੇ ਕੇ ਆਪ ਵਾਇਰਲ ਹੋ ਜਾਂਦਾ ਹੈ ਅਤੇ ਸੁਪਰ ਹਿੱਟ ਬਣ ਜਾਂਦਾ। ਜੇਕਰ ਆਪਾਂ ਗੱਲ ਕਰੀਏ ਕੰਗਣਾ ਰਣੌਤ ਦੀ, ਕੰਗਣਾ ਰਣੌਤ ਬਿਲਕੁਲ ਫੇਲ ਹੋਈ ਵੀ ਅਭਿਨੇਤਰੀ ਸੀ। ਇਸ ਨੂੰ ਕੋਈ ਫਿਲਮ 'ਚ ਨਹੀਂ ਲੈਂਦਾ। ਇੱਕ ਦੋ ਫਿਲਮਾਂ ਇਸ ਦੀਆਂ ਚੱਲੀਆਂ, ਉਸ ਤੋਂ ਬਾਅਦ ਇਸ ਦੀਆਂ ਫਿਲਮਾਂ ਚੱਲਣੋਂ ਬੰਦ ਹੋ ਗਈਆਂ। ਸਾਰੇ ਪ੍ਰੋਡਿਊਸਰਾਂ ਨੇ ਮਨਾ ਕਰਤਾ ਕਿ ਕੰਗਣਾ ਰਣੌਤ ਨੂੰ ਜੇ ਫਿਲਮ 'ਚ ਲੈ ਕੇ ਆਵਾਂਗੇ ਤਾਂ ਫਿਲਮ ਪਿੱਟੂਗੀ। ਉੱਧਰੋਂ ਕਿਰਸਾਨੀ ਅੰਦੋਲਨ ਆਇਆ ਅਤੇ ਕਿਰਸਾਨੀ ਅੰਦੋਲਨ ਦੇ ਵਿੱਚ ਇਸਨੇ 100-100 ਰੁਪਏ ਦੇ ਵਿੱਚ ਵਿਕਣ ਵਾਲੀਆਂ ਬੀਬੀਆਂ ਦੇ ਬਾਰੇ ਬਿਆਨ ਦੇ ਦਿੱਤਾ। ਉਸ ਤੋਂ ਬਾਅਦ ਇਹ ਚਰਚਾ 'ਚ ਆ ਗਈ। ਸਾਧ ਸੰਗਤ ਜੀ, ਉਸੇ ਹੀ ਤਰੀਕੇ ਦੇ ਨਾਲ ਇਹ ਵੋਟਾਂ 'ਚ ਖੜੀ ਹੋ ਗਈ, MP ਬਣ ਗਈ, ਇਸਨੇ ਥੱਪੜ ਖਾ ਲਿਆ, ਫਿਰ ਚਰਚਾ 'ਚ ਆ ਗਈ। ਅਤੇ ਹੁਣ ਬੀਤੇ ਕੁਝ ਦਿਨ ਪਹਿਲਾਂ ਵੀ ਤੁਸੀਂ ਇੱਕ ਖਬਰ ਦੇਖੀ ਹੋਣੀ ਹੈ ਕਿ 21 ਜੂਨ ਨੂੰ ਯੋਗ ਦਿਵਸ ਸੀ। ਚਲ, ਤੁਹਾਡਾ ਯੋਗ ਦਿਵਸ ਹੈ, ਤੁਹਾਨੂੰ ਮੁਬਾਰਕ ਹੋਵੇ, ਪਰ ਦਰਬਾਰ ਸਾਹਿਬ ਦੀ ਮਰਿਆਦਾ ਦਾ ਤਾਂ ਤੁਸੀਂ ਧਿਆਨ ਰੱਖੋ। ਦਰਬਾਰ ਸਾਹਿਬ ਦੇ ਵਿੱਚ ਇੱਕ ਬੀਬੀ ਜੋ ਗੁਜਰਾਤ ਦੀ ਰਹਿਣ ਵਾਲੀ ਹੈ, ਪ੍ਰਕਰਮਾ ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੱਲ ਟੰਗਾਂ ਕਰਕੇ ਯੋਗਾ ਕਰ ਰਹੀ ਹੈ। ਸਿਰ ਉਸਦਾ ਥੱਲੇ ਹੈ ਅਤੇ ਟੰਗਾਂ ਉੱਪਰ ਨੂੰ ਕਰ ਰੱਖੀਆਂ ਅਸਮਾਨ ਕੰਨੀ ਨੂੰ। ਕੋਈ ਮਰਿਆਦਾ ਨਹੀਂ, ਸਿਰ ਨੰਗਾ। ਅਤੇ ਸਾਧ ਸੰਗਤ ਜੀ, ਇਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈ। ਇਹ ਲੋਕ ਫੇਮਸ ਹੋਣ ਦੇ ਮਾਰੇ ਕੋਈ ਨਾ ਕੋਈ ਇੱਦਾਂ ਦੀ ਪੁੱਠੀ ਸਿੱਧੀ ਹਰਕਤ ਕਰਦੇ ਆ, ਇਹਨਾਂ ਨੂੰ ਹੱਥੋਂ ਹੱਥੀ ਉੱਤੇ ਸਬਕ ਸਿਖਾਉਣਾ ਚਾਹੀਦਾ। ਸਾਧ ਸੰਗਤ ਜੀ, ਆਪਾਂ ਚੁੱਪ ਕਰ ਜਾਂਦੇ ਹਾਂ, ਆਪਾਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਤੀ, 2-4 ਉਹ ਗੱਲਾਂ ਲਿਖ ਤੀਆਂ, ਐਵੇਂ ਨਹੀਂ। ਜੇ ਕੋਈ ਇੱਦਾਂ ਦੀ ਹਰਕਤ ਕਰਦਾ, ਫੜ ਕੇ ਉੱਥੇ ਬਿਠਾ ਲਓ ਉਸਨੂੰ, ਕਬੂਲ ਬਈ ਕਿਵੇਂ ਕਰਨੀ ਹੈ ਤੂੰ, ਫਿਰ ਇਹ ਲੋਕ ਟਿਕਣਗੇ। ਸਾਧ ਸੰਗਤ ਜੀ, ਰਲ ਮਿਲ ਕੇ ਇੱਦਾਂ ਦਾ ਉਪਰਾਲਾ ਕਰਨਾ ਚਾਹੀਦਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਸਥਾ ਦਾ ਕੇਂਦਰ ਹੈ, ਸ਼ਰਧਾ ਨਾਲ ਆਓ, ਤੁਹਾਨੂੰ ਕੋਈ ਨਹੀਂ ਰੋਕਦਾ। ਜੇ ਉੱਥੇ ਆ ਕੇ ਕੋਈ ਗਲਤ ਹਰਕਤ ਕਰੇਗਾ ਤਾਂ ਸੋਧਾ ਲੱਗੇਗਾ। ਸੋ ਸਾਧ ਸੰਗਤ ਜੀ, ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ।